ਸੋ ਸ਼ੀਗਰ ਤੁਸੀਂ ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਲਖਪੀਤ ਬੰਗੜ ਪੰਜਾਬ ਦੀ ਇੱਕ ਧੀ ਜੋ ਪਿਛਲੇ ਕਾਫੀ ਸਮੇਂ ਤੋਂ ਜੇਲ੍ਹ ਚ ਕੈਦ ਹੈ ਗੱਲ ਨੌਦੀਪ ਕੌਰ ਦੀ ਕਰ ਰਹੇ ਹਾਂ ਨੌਦੀਪ ਕੌਰ ਦੀ ਮਦਦ ਦੇ ਲਈ ਹੁਣ ਪੰਜਾਬ ਦਾ ਐਸਸੀ ਕਮਿਸ਼ਨ ਅੱਗੇ ਆਇਆ ਹੈ ਐਸਸੀ ਕਮਿਸ਼ਨ ਨੇ ਪਹਿਲਕਦਮੀ ਕੀਤੀ ਹੈ ਬਕਾਇਦਾ ਜੋ ਹੈ ਇੱਕ ਰਿਪੋਰਟ ਮੰਗੀ ਹੈ ਇਹ ਗੱਲ ਕਹੀ ਹੈ ਕਿ 23 ਫਰਵਰੀ ਤੱਕ ਜੋ ਹੈ ਉਹ ਰਿਪੋਰਟ ਮਿਲਣੀ ਚਾਹੀਦੀ ਹੈ ਕਿ ਆਖਿਰ ਪੂਰਾ ਮਾਮਲਾ ਹੈ ਕਿ ਕੀ ਕੀਤਾ ਜਾ ਰਿਹਾ ਹੈ ਮੁਖ ਸਕੰਤਰ ਨੂੰ ਜੋ ਹੈ ਗਰੇ ਦੇ ਮੁਖ ਸਕੰਤਰ ਨੂੰ ਇਸ ਮਾਮਲੇ ਚ ਦਖਲ ਦੇਣ ਦੇ ਲਈ ਕਿਆ ਗਿਆ ਤੁਹਾਨੂੰ ਦੱਸ ਦਈਏ ਕਿ ਨੌਦੀਪ ਕੌਰ ਪਿਛਲੇ ਲਗਭਗ 1 ਮਹੀਨੇ ਤੋਂ ਜੋ ਹੈ ਉਹ ਪੁਲਿਸ ਹਿਰਾਸਤ ਦੇ ਵਿੱਚ ਹੈ ਇਲਜ਼ਾਮ ਇਹ ਵੀ ਲੱਗ ਰਹੇ ਨੇ ਗੱਲਾਂ ਇਹ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਉਹਨਾਂ ਤੇ ਤਸ਼ੱਦਦ ਕੀਤੀ ਗਈ ਹੈ ਉਹਨਾਂ ਦੇ ਨਾਲ ਅਨਮਨੁੱਖੀ ਵਿਵਹਾਰ ਕੀਤਾ ਗਿਆ ਉਹਨਾਂ ਨੂੰ ਸੱਤਾ ਮਾਰੀਆਂ ਗਈਆਂ ਨੇ ਤਨੂੰ ਦੱਸ ਦਈਏ ਕਿ ਨੌਦੀਪ ਕੌਰ ਦੇ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀਗਾ ਉਸ ਤੋਂ ਕੁਝ ਸਮਾਂ ਪਹਿਲਾਂ ਕੁੰਡਰੀ ਰਾਕੇ ਦੇ ਵਿੱਚ ਇੱਕ ਫੈਕਟਰੀ 'ਚ ਨੌਕਰੀ ਲੱਗੀ ਸੀਗੀ ਪਰ ਉਹਨਾਂ ਨੂੰ ਉੱਥੋਂ ਕੱਢ ਦਿੱਤਾ ਗਿਆ ਜਿਸ ਤੋਂ ਬਾਅਦ ਇੱਕ ਸੰਘਰਸ਼ ਜੋ ਹੈ ਉਹਨਾਂ ਨੇ ਸ਼ੁਰੂ ਕੀਤਾ ਕਿਸਾਨ ਜਥੇਬੰਦੀਆਂ ਦੇ ਨਾਲ ਮਿਲ ਕੇ ਬਕਾਇਦਾ ਜੋ ਹੈ ਉਹ ਧੜਨੇ ਦਿੱਤੇ ਗਏ ਧਰਨਾ ਪ੍ਰਦਰਸ਼ਨ ਕੀਤਾ ਗਿਆ ਪਰ ਇਲਜ਼ਾਮ ਲੱਗੇ ਨੇ ਕਿ ਉਸ ਤੋਂ ਬਾਅਦ ਜੋ ਹੈ ਉਹਨਾਂ ਨੂੰ ਅਤੇ ਉਹਨਾਂ ਦੇ ਕੁਝ ਸਾਥੀਆਂ ਨੂੰ ਜੋ ਹੈ ਉਹ ਪੁਲਿਸ ਚੁੱਕ ਕੇ ਲੈ ਗਈ ਉਸ ਤੋਂ ਬਾਅਦ ਉਹਨਾਂ ਦੇ ਨਾਲ ਇਹ ਇਲਜ਼ਾਮ ਲੱਗਿਆ ਹੈ ਕੇ ਕਟਮਾਰ ਹੋਈ ਹੈ ਉਹਨਾਂ ਦੇ ਨਾਲ ਬਕਾਇਦਾ ਉਹਨਾਂ ਦੇ ਨਾਲ ਜੋ ਹੈ ਤਸ਼ੱਦਦ ਜੋ ਹੈ ਉਹਨਾਂ ਦੇ ਕੀਤਾ ਗਈ ਹੈ ਕਾਫੀ سنگੀਨ ਧਾਰਾਵਾਂ ਦੇ ਤਹਿਤ ਪੁਲਿਸ ਨੇ ਮੁਕਦਮਾ ਦਰਜ ਕੀਤਾ ਹੁਣ ਫਿਲਹਾਲ ਉਹ ਪੁਲਿਸ ਹਿਰਾਸਤ ਦੇ ਵਿੱਚ ਨੇ ਉਹਨਾਂ ਨੂੰ ਜੋ ਹੈ ਉਹ ਬੇਲ ਦੇਣ ਤੋਂ ਵੀ ਜੋ ਹੈ ਜ਼ਮਾਨਤ ਦੇਣ ਤੋਂ ਵੀ ਜੋ ਹੈ ਉਹ ਇਨਕਾਰ ਕਰ ਦਿੱਤਾ ਗਿਆ ਇਹ ਮਸਲਾ ਜੋ ਹੈ ਇੰਟਰਨੈਸ਼ਨਲ ਲੈਵਲ ਤੱਕ ਵੀ ਪਹੁੰਚ ਗਿਆ ਹੈ ਕੁਝ মিডিਆ ਅਦਾਰਿਆਂ ਦੇ ਵੱਲੋਂ ਕੁਝ ਪੱਤਰਕਾਰਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਬਕਾਇਦਾ ਕੀਤੀ ਗਈ ਇਸ ਸਵਾਲ ਚੁੱਕਿਆ ਗਿਆ ਕਿ ਅਜਿਹਾ ਕਿਉਂ ਕੀਤਾ ਜਾ ਰਿਹਾ ਹੈ ਇਹ ਜੋ ਕੁਝ ਵੀ ਹੋ ਰਿਹਾ ਹੈ ਨੌਦੀਪ ਦੇ ਨਾਲ ਜੋ ਕੁਝ ਵੀ ਹੋ ਰਿਹਾ ਹੈ ਉਹ ਗਲਤ ਹੈ ਉਹਨਾਂ ਦੀ ਸਿਸਟਰ ਜੁਨੇ ਉਹਨਾਂ ਦੀ ਜੋ ਭੈਣ ਨੇ ਰਾਜਵੀਕਔਰ ਉਹਨਾਂ ਵੱਲੋਂ ਇੱਕ ਟਵੀਟ ਕੀਤਾ ਗਿਆ ਜਿਸ ਨੂੰ ਖੁਦ ਮੀਨਾ ਹੈਰਿਸ ਨੇ ਵੀ ਟਵੀਟ ਰੀਟਵੀਟ ਕੀਤਾ ਹੈ ਤੇ ਤੁਸੀਂ ਖੁਦ ਸਮਝ ਸਕਦੇ ਹੋ ਕਿ ਇਹ ਮਸਲਾ ਕਿੱਥੇ ਤੱਕ ਹੈ ਹਿਊਮਨ ਰਾਈਟਸ ਵਾਇਲੇਸ਼ਨ ਤੱਕ ਦੀ ਗੱਲ ਆਂਦੀ ਹੈ ਗੱਲ ਕਹੀ ਜਾਂਦੀ ਹੈ ਕਿ ਉਹਨਾਂ ਦੇ ਨਾਲ ਜਿਸ ਤਰੀਕੇ ਦੇ ਨਾਲ ਵਿਹਾਰ ਕੀਤਾ ਗਿਆ ਜੇਲ੍ਹ ਦੇ ਵਿੱਚ ਸੱਤਾ ਉਹਨਾਂ ਨੂੰ ਜੋ ਨੇ ਉਹ ਮਾਰੀਆਂ ਗਈਆਂ ਨੇ ਮਜ਼ਦੂਰ ਅਧਿਕਾਰ ਕਰਕੂਨ ਨੇ ਨੌਦੀਪ ਕੌਰ ਉਹਨਾਂ ਨੂੰ ਕੱਢ ਦਿੱਤਾ ਗਿਆ ਸਿਕਾ ਫੈਕਟਰੀ ਚ ਕੁਝ ਸਮਾਂ ਪਹਿਲਾਂ ਹੀ ਇਸ ਸੰਘਰਸ਼ ਤੋਂ ਕੁਝ ਸਮਾਂ ਪਹਿਲਾਂ ਹੀ ਜੋ ਹੈ ਉਹਨਾਂ ਦੀ ਨੌਕਰੀ ਲੱਗੀ ਸੀਗੀ ਅਤੇ ਹੁਣ ਇਹ ਮਾਮਲਾ ਕੋ ਮੰਤਰੀ ਪੱਧਰ ਤੱਕ ਵੀ ਪਹੁੰਚ ਗਿਆ ਹੈ ਚਰਚਾ ਇਸ ਮਾਮਲੇ ਦੀ ਕੀਤੀ ਜਾ ਰਹੀ ਹੈ ਇਨਸਾਫ ਦੀ ਮੰਗ ਜੋ ਹੈ ਉਹ ਕੀਤੀ ਜਾ ਰਹੀ ਹੈ ਪੁਲਿਸ ਹਿਰਾਸਤ ਦੇ ਵਿੱਚ ਫਿਲਹਾਲ ਹੋ ਨੇ 1 ਮਹੀਨਾ ਹੋ ਗਿਆ ਲਗਭਗ ਪੁਲਿਸ ਹਿਰਾਸਤ ਦੇ ਵਿੱਚ ਅਤੇ ਹੁਣ ਜੋ ਹੈ ਪੰਜਾਬ ਦਾ ਐਸ்சி ਕਮਿਸ਼ਨ ਜੋ ਹੈ ਉਸ ਨੇ ਪਹਿਲਕਦਮੀ ਕੀਤੀ ਹੈ ਅੱਗੇ ਆਇਆ ਹੈ ਇਹ ਗੱਲ ਕਹੀ ਗਈ ਹੈ ਕਿ ਮੁਖਸਕੱਤਰ ਜੋ ਹੈ ਉਸ ਪੂਰੇ ਮਾਮਲੇ ਦੇ ਵਿੱਚ ਦਖਲ ਦੇਣ 23 ਫਰਵਰੀ ਤੱਕ ਇੱਕ ਰਿਪੋਰਟ ਮੰਗੀ ਗਈ ਹੈ ਕਿ ਆਖਿਰ ਕੀ ਕੁਝ ਹੋ ਰਿਹਾ ਹੈ ਇਸ ਮਾਮਲੇ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਹਰਿਆਣਾ ਸੈਸ਼ਨ ਕੋਰਟ ਨੇ ਜੋ ਹੈ ਉਹਨਾਂ ਨੂੰ ਜ਼ਮਾਨਤ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਸਗਾ ਇਹ ਇਲਜ਼ਾਮ ਲੱਗ ਰਹੇ ਨੇ ਕਿ ਪੁਲਿਸ ਨੇ ਕੁਝ ਸਥਾਨਕ ਲੋਕਾਂ ਦੇ ਨਾਲ ਜਾਂ ਕਈ ਗੁੰਡਿਆਂ ਦੇ ਨਾਲ ਮਿਲ ਕੇ ਜੋ ਆंदोलਨ ਨੌਦੀਪੌਰ ਨੇ ਸ਼ੁਰੂ ਕੀਤਾ ਸੀਗਾ ਜਿਸ ਤਰੀਕੇ ਨਾਲ ਫੈਕਟਰੀਆਂ 'ਚ ਉਹਨਾਂ ਨੂੰ ਕੱਢਿਆ ਗਿਆ ਜਾਂ ਕੁਝ ਹੋਰ ਸਾਥੀ ਵਰਕਰਾਂ ਨੂੰ ਜੋ ਹੈ ਉਹ ਕੱਢਿਆ ਗਿਆ ਉਸ ਤੋਂ ਬਾਅਦ ਧਰਨਾ ਜਿਸ ਤਰੀਕੇ ਨਾਲ ਦੇ ਦਿੱਤਾ ਜਾ ਰਿਹਾ ਹੈ ਸਗਾ ਇਹ ਗੱਲ ਕਹੀ ਜਾ ਰਹੀ ਸੀ ਕਿ ਜਿਨ੍ਹਾਂ ਜਿਨ੍ਹਾਂ ਦੇ ਨਾਲ ਵੀ ਇਹਨਾਂ ਫੈਕਟਰੀਆਂ ਨੇ ਧੱਕਾ ਕੀਤਾ ਹੈ ਉਹਨਾਂ ਨੂੰ ਅਸੀਂ ਇਨਸਾਫ਼ ਦਿਵਾਵਾਂਗੇ ਕਿਸਾਨੀ ਇਸ ਸੰਘਰਸ਼ ਦੇ ਨਾਲ ਜੋ ਹੈ ਉਹ ਜੋੜਾਂਗੇ ਨੌਦੀਪ ਖੁਦ ਇਸ ਸੰਘਰਸ਼ ਦੇ ਨਾਲ ਜੁੜੀ ਫੈਕਟਰੀ ਮਾਲਕਾਂ ਦੇ ਨਾਲ ਜਿਸ ਤਰੀਕੇ ਦੇ ਨਾਲ ਸੰਘਾਸ਼ ਉਹਨਾਂ ਦੇ ਖਿਲਾਫ ਕੀਤਾ ਇਹ ਗੱਲ ਕਹੀ ਜਾ ਰਹੀ ਸੀ ਕਿ ਇਲਜ਼ਾਮੇ ਲੱਗ ਰਹੇ ਨੇ ਕਿ ਉਸ ਨੂੰ ਫੇਲ ਕਰਨ ਦੇ ਲਈ ਉਹਨਾਂ ਨੂੰ ਹਿਰਾਸਤ ਚ ਲਿਆ ਜਾਂਦਾ ਹੈ ਜ਼ਮਾਨਤ ਦੇਣ ਤੋਂ ਵੀ ਜੋ ਹੈ ਸੈਸ਼ਨ ਕੋਰਟ ਜੋ ਹੈ ਹਰਿਆਣਾ ਉਹ ਇਨਕਾਰ ਕਰ ਦਿੰਦਾ ਹੈ ਅਤੇ ਹੁਣ 1 ਮਹੀਨੇ ਤੋਂ ਪੁਲਿਸ ਹਿਰਾਸਤ ਚ ਨੇ ਲਗਾਤਾਰ ਆਵਾਜ਼ بلند ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਨਿਆਜ ਉਹ ਮਿਲਣਾ ਚਾਹੀਦਾ ਹੈ ਮਸਲਾ ਕੋ ਮੰਤਰੀ ਪੱਧਰ ਤੱਕ ਵੀ ਪਹੁੰਚਾਇਆ ਤੁਹਾਡੀ ਸਕਰੀਨ ਤੇ ਤੁਹਾਨੂੰ ਮੀਨਾ ਹੈਰਿਸ ਦੀ ਵਾਲ ਵੀ ਦਿਖਾ ਰਿਹਾ ਟਵਿੱਟਰ ਹੈਂਡਲ ਦਿਖਾ ਰਿਹਾ ਉਹਨਾਂ ਵੱਲੋਂ ਬਕਾਇਦਾ ਜੋ ਹੈ ਉਹ ਰੀਟਵੀਟ ਵੀ ਜੋ ਹੈ ਉਹ उन्हों की कि जो भैन ने राजवीर कौर उन्होंने कहा किप कौर कैप्टन जेल सिंस जनवरी ट्वेल्व एंड शिव कुमार फ्रॉम जनवरी ट्वेंटी थर्डरप शिव कुमार एंड वर्कर्स है करेज टू एक्सपोज द लूट ऑफ फार्मर एंड लेबर ਯਾਨੀ ਕਿ ਉਹ ਕਹਿ ਰਹੇ ਨੇ ਕਿ ਮੇਰੀ ਜੋ ਪੈਣ ਨੇ ਨੋਦੀਪ ਕੌਰ ਉਹਨਾਂ ਨੂੰ ਜੋ ਹੈ ਉਹ 12 ਜਨਵਰੀ ਤੋਂ ਅਤੇ ਉਹਨਾਂ ਦੇ ਇੱਕ ਹੋਰ ਸਾਥੀ ਸ਼ਿਫ ਕੁਮਾਰ ਨੂੰ ਜੋ ਹੈ 23 ਜਨਵਰੀ ਤੋਂ ਜੋ ਹੈ ਉਹ ਜੇਲ੍ਹ ਦੇ ਵਿੱਚ ਰੱਖਿਆ ਗਿਆ ਹੈ ਉਹਨਾਂ ਨੂੰ ਟੌਰਚਰ ਕੀਤਾ ਜਾ ਰਿਹਾ ਹੈ ਤਸ਼ੱਦਦ ਜੋ ਹੈ ਉਹ ਕੀਤੀ ਜਾ ਰਹੀ ਹੈ ਕਿਉਂਕਿ ਨੋਦੀਪ ਅਤੇ ਸ਼ਿਫ ਕੁਮਾਰ ਅਤੇ ਉਹਨਾਂ ਦੇ ਹੋਰ ਜਿਹੜੀ ਵਰਕਰ ਆਰਗੇਨਾਈਜੇਸ਼ਨ ਹੈ ਉਹਨਾਂ ਨੇ ਇਹ ਹਿੰਮਤ ਦਿਖਾਈ ਸੀਗੀ ਆਪਣੀ ਆਵਾਜ਼ بلند ਕੀਤੀ ਸੀਗੀ ਕਿ ਇਹਨਾਂ ਫੈਕਟਰੀਆਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਮਜ਼ਦੂਰਾਂ ਅਤੇ ਜੋ ਕਿਸਾਨ ਨੇ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਐਕਸਪਲੋਇਡ ਜੋ ਹੈ ਉਹਨਾਂ ਨੂੰ ਕੀਤਾ ਜਾਂਦਾ ਹੈ ਲੁੱਟ ਜੋ ਹੈ ਉਹਨਾਂ ਦੇ ਨਾਲ ਕੀਤੀ ਜਾਂਦੀ ਹੈ ਤਾਂ ਮੀਨਾ ਹੈਰਿਸ ਦੇ ਵੱਲੋਂ ਵੀ ਜੋ ਹੈ ਇਸ ਪੂਰੇ ਮਸਲੇ ਨੂੰ ਲੈ ਕੇ ਰੀਟਵੀਟ ਕੀਤਾ ਗਿਆ ਹੈ ਕਮਾਂਤਰੀ ਪੱਧਰ ਤੱਕ ਇਹ ਮਸਲਾ ਪਹੁੰਚਿਆ ਹੋਇਆ ਹੈ ਅਤੇ ਹੁਣ ਜੋ ਹੈ ਬਕਾਇਦਾ ਐਸ்சி ਕਮਿਸ਼ਨ ਪੰਜਾਬ ਐਸ்சி ਕਮਿਸ਼ਨ ਮਾਮਲੇ 'ਚ ਅੱਗੇ ਆਇਆ ਹੈ ਦਖਲ ਦੇਣ ਦੇ ਲਈ ਹੈ ਮੁੱਖ ਸਕੱਤਰ ਨੂੰ ਅਤੇ 23 ਫਰਵਰੀ ਤੱਕ ਦੀ ਜੋ ਹੈ ਉਹ ਰਿਪੋਰਟ ਵੀ ਜੋ ਹੈ ਉਹ ਮੰਗ ਲਈ ਹੈ